ਸਰਹਾਕਾ ਨਹੀਂ ਲੈ ਫੋੜਦਾ ਫਰਾਤਾ ਅਲੜਾ ਕੁਵਾਰੀਆਂ ਵੀ ਲੈਂਦੀਆਂ ਨੇ ਚਾਕਾ ਪੱਤੇ ਨਹੀਂ ਹੋ ਜਾਣੇ ਥੋੜੇ ਸਿੱਧੀ ਤੁਹਾਡਾ ਸਵਾਗਤ ਹੈ ਖੋਰ ਨਵੇਂ ਵਲੌਗ ਦੇ ਵਿੱਚ ਦਿਨ ਤਾਂ ਉਹੀ ਆ ਅਤੇ ਮੈਂ ਦੂਜਾ ਵਲੌਗ ਸ਼ੁਰੂ ਕਰਤਾ ਕਿਉਂਕਿ ਉਹ ਲੰਬਾ ਕਾਫੀ ਹੋ ਜਾਣਾ ਸੀਗਾ ਹੁਣ ਮੈਂ ਚੱਲਾਂ ਅੱਡੇ 'ਤੇ ਰਮਨ ਨੂੰ ਵੀ ਪੁੱਛਦਾ ਇਹਦੇ ਵੀ ਮੁੜ ਕੇ ਸੋਚ ਜਿਹੇ ਲਵਾਉਣੇ ਆ ਰਮਨ ਨੂੰ ਪੁੱਛਦਾ ਦੇਖਦੇ ਹਾਂ ਫਿਰ ਕਿੱਦਾਂ ਹੁੰਦੀ ਆ ਲਓ ਜੀ ਹੁਣ ਤਾਂ ਪਹੁੰਚ ਗਿਆ ਮੋਟੇ 'ਤੇ ਤਾਂ ਆਪਣੇ ਤਾਂ ਲਾ ਕੇ ਰੱਖਿਆ ਹੋਇਆ ਇੱਥੇ ਇਹਦਾ ਵੀ ਸਾਰਾ ਕੁਝ ਖੋਲ੍ਹਣਾ ਹੁਣ ਦੁਬਾਰਾ ਵਾਇਰਿੰਗ ਕਰਨੀ ਕਹਿੰਦਾ ਤਾਂ ਉਹ ਚੜਾਉਂਦਾ ਅੰਦਰ ਪੇਟੀ ਦੇ ਕਵਰ ਹੁਣ ਕਰਨ ਲੱਗਾ ਹੋਇਆ ਨਾਲ ਕਵਰ ਚੜਾਉਣ ਦੇ ਅਤੇ ਕਵਰ ਚੜਾ ਕੇ ਲੱਗਾ ਇੱਥੇ ਲਵਾਉਣ ਹਾਂਜੀ ਠੀਕ ਮੈਂ ਖਰੇ ਕਵਰ ਚੜਾਉਣ ਨਾਲ ਦੇ ਚਲੋ ਆਹ ਲਵਾ ਲਵੇ ਇੱਥੇ ਫਿਰ ਮੁੜ ਕੇ ਕਰਨ ਵਾਲੇ ਤਾਂ ਬਾਰ ਬੂਰ ਲਾਉਣੇ ਦਿਖਾਉਣੇ ਅੰਕਲ ਲਾ ਉੱਥੋਂ ਪੇਟੀ 'ਚੋਂ ਕੱਢਿਆ ਹੈਗਾ ਹਾਂ ਬਣਿਆ ਹੋਇਆ ਇੱਥੇ ਦੇਣ ਆਈ ਰੰਗ ਕਰਨ ਨੂੰ ਇਹ ਦੇ ਦੇਣਾ ਮੋਟੇ ਭਰਾ ਨੂੰ ਇੱਥੇ ਰੰਗ ਕਰਨ ਨੂੰ ਛੱਡ ਜਾਣਾ ਹੁਣ ਫਿਰ ਮੈਂ ਦਿਖਾਉਣਾ ਤੁਹਾਨੂੰ ਘਰੇ ਜਾਣਾ ਮਾੜਾ ਜਿਹਾ ਕੰਮ ਜਿਹਾ ਫਿਰ ਆ ਕੇ ਦਿਖਾਉਣਾ ਤੁਹਾਨੂੰ ਮੋਟੇ ਮੁੜ ਕੇ ਜੀ ਕਰਨ ਤਾਂ ਆ ਗਿਆ ਹੈਗਾ ਹੁਣ ਚੱਲੇ ਸੀ ਮੋਟੇ ਦੇ ਫੇਰ ਦੇਖਦੇ ਬਾਰ ਬੁਰ ਮੰਗਾਈ ਉਹਨਾਂ ਜਾਣੇ ਜਿਹੜੇ ਕੰਮ ਨੂੰ ਆਇਆ ਉਹ ਤਾਂ ਹੋਇਆ ਹੀ ਨਹੀਂ ਦਿਖਾਉਣੇ ਤੁਹਾਨੂੰ ਅੱਗੇ ਕਿੱਦਾਂ ਹੁੰਦੀ ਆ ਲਾ ਜੀ ਇੱਧਰ ਅਸੀਂ ਜੱਸੀ ਕੋਲ ਆ ਗਏ ਰਮਨ ਤਾਂ ਹੈ ਨਹੀਂ ਰਮਨ ਤਾਂ ਲਵਾਉਣੇ ਟਾਂਕੇ ਹੁਣ ਅਸੀਂ ਚੱਲੇ ਫਿਰ ਰੀਲਾਂ ਰੂਲਾਂ ਬਣਾਉਣ ਕੋਈ ਬਣਾਉਂਦੇ ਹਾਂ ਇੱਕ ਪਾਈ ਆ ਉਹ ਵੀ ਕਰਿਓ ਚੈੱਕ ਮੈਂ ਕਲਾਰ ਇੰਸਟਾ 'ਤੇ ਜਿਹੜੀ ਉਹਦੀ ਹੈਗੀ ਆ ਕਰਨ 3600 ਕਰਿਓ ਉਹ 'ਤੇ ਵੀ ਫੋਲੋ ਅਤੇ ਕਰਿਓ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਯੂਟਿਊਬ 'ਤੇ ਵੀ ਕੋਈ ਵਿਚਾਰ ਭਾਅ ਜੀ ਵਿਚਾਰ ਬਸ ਹੁਣ ਦੇਖਦੇ ਬਣੀ ਜਾਂਦੇ ਵਿਚਾਰ ਗੱਲ ਕੰਮ ਨਹੀਂ ਕਰਦਾ ਪੈਂਟ ਕੋਈ ਨਹੀਂ ਉਹਨੂੰ ਕਿਹਾ ਹੁਣ ਲਿਆਊਗਾ ਸਵੇਰ ਨੂੰ ਨਾ ਉਹ ਤਾਂ ਫਿਰ ਮੈਂ ਕੱਲ੍ਹ ਨੂੰ ਜਾਣਾ ਫਿਰ ਮੈਂ ਕੱਲ੍ਹ ਨੂੰ ਲਿਆਊਂਗਾ ਬਾਕੀ ਦਿਖਾਉਂਦੇ ਹੁਣ ਜੱਸੀ ਵੀ ਆਉਂਦਾ ਆ ਟਰੀਲਾ ਬਣਾਉਂਦੇ ਫਿਰ ਰਾਤ ਨੂੰ ਮੁੜ ਕੇ ਜਾ ਕੇ ਮੋਟਰਸਾਈਕਲ 'ਤੇ ਆਪਣੇ 'ਤੇ ਕਰਦੇ ਹਾਂ ਕੰਮ ਇੱਥੇ ਵੀ ਅਤੇ ਟਰੈਕਟਰ ਤੋਂ ਲਾ ਕੇ ਸਮਾਨ ਰੱਖਤਾ ਸਾਰਾ ਉਹ ਵੀ ਪੇਟੀ ਚੱਕ ਕੇ ਲਿਆਉਣ ਉਹ ਵੀ ਲਿਆਉਂਦੇ ਮੁੜ ਕੇ ਦੇਖੋ ਰੀਲਾਂ ਰੀਲਾਂ ਚੱਲਦੀਆਂ ਲੈ ਦੇਖੋ ਇੱਧਰ ਕੱਸ ਪੂਰਾ ਕਰਿਓ ਚੈੱਕ ਸਲਿੱਪਾਂ ਕਢਾਉਂਦਾ ਸਲਿੱਪਾਂ ਹੱਥ ਕਰਾਉਂਦਾ ਪੂਰੀ ਬਾਬੇ ਸਿਸਟਮ ਦਾ ਇੰਨਾ ਕੁ ਮਜ਼ਾ ਆਉਂਦਾ ਨਾ ਹੁਣ ਸੁਣਨ ਦਾ ਗੱਲ ਹੀ ਜਿੱਦਾਂ ਡੀਜੇ ਚੱਲਦਾ ਹੁੰਦਾ ਨਾ ਇੱਦਾਂ ਚੱਲਦਾ ਕਰੋ ਲੋਕੇਸ਼ਨ ਚੈੱਕ ਤੋੜੇ ਦੀ ਲੋਕੇਸ਼ਨ ਲੈ ਕੇ ਮੁੜ ਕੇ ਇੱਧਰ ਖਿੱਚਦੇ ਹਾਂ ਉੱਧਰ ਵੀ ਲੋਕੇਸ਼ਨ ਹੈਗੀ ਆ ਲਓ ਜੀ ਅੱਜ ਆਪਾਂ ਕਰਦੇ ਪੈਂਦੇ ਅਤੇ ਆਹ ਦੇਖੋ ਪੁੱਠੇ ਕੰਮ ਵਾਲੇ ਮਾਹਰ ਕੋਈ ਕੰਮ ਨਹੀਂ ਇਹਨਾਂ ਨੂੰ ਬਸ ਧੂੰਆਂ ਕਢਾਉਣ ਲੱਗਾ ਦੇਖੋ ਜੀ ਨਿਕਲਦਾ ਧੂੰਆਂ ਘਰੇ ਹੀ ਕਿੱਦਾਂ ਕੀ ਹਿਸਾਬ ਕਿਤਾਬ ਆ ਕਿੱਦਾਂ ਭਾਈ ਬਣੀ ਆ ਨਿਕਲੀ ਭਰਦੇ ਚੱਲੇ ਭਰਦੇ ਆ ਲਓ ਜੀ ਰੀਲਾਂ ਰੁੱਲਾਂ ਅਸੀਂ ਬਣਾ ਲਈਆਂ ਹੈਗੀਆਂ ਹੁਣ ਚੱਲੇ ਘਰ ਨੂੰ ਆ ਜੇ ਭਾਜੀ ਮੰਨ ਲਓ ਭਾਜੀ ਉਹਦੀ ਰੀਲ ਬਣਾ ਲੈਣ ਦਿਓ ਭਾਜੀ ਯਾਰ ਭਾਜੀ ਚੌੜ 'ਚ ਆ ਭਾਜੀ ਚੌੜ ਕਰ ਲੈਂਦੇ ਆ ਤਲਬਰ ਵੀ ਰੀਲ ਬਣਾਉਣ ਨੂੰ ਖੜਾ ਆ ਹੋ ਜਾ ਪਾਸੇ ਸਨੀ ਦਿਓਲ ਭਾਜੀ ਇਹ ਸਨੀ ਦਿਓਲ ਲਾਈਟ ਆ ਲਾਈਟ ਚਲੋ ਬਾਕੀ ਦਿਖਾਉਣੇ ਅੱਗੇ ਤੁਹਾਨੂੰ ਲਓ ਜੀ ਕਰਨ ਚੱਲਿਆ ਪਿੰਡ ਨੂੰ ਅਸੀਂ ਵੀ ਚੱਲੇ ਹੁਣ ਹਾਰਨ ਜਿਹਾ ਹਵਾ ਹਵਾ ਭਰ ਕੇ ਅੜੇ ਆ ਸੁਣਿਓ ਕਿੱਦਾਂ ਲੱਗੇ ਹੁਣ ਬਾਕੀ ਪਿੰਡ ਜਾ ਕੇ ਦਿਖਾਉਣੇ ਮੈਂ ਮੋਟਰਸਾਈਕਲ ਮਾੜਾ ਕਰਨਾ ਮੈਂ ਪਿੰਡ ਜਾ ਕੇ ਦਿਖਾਉਣੇ ਆਹ ਵੀ ਚੱਲੇ ਸਾਰੇ ਘਰੋਂ ਘਰੀ ਬੰਦੇ ਆਹ ਦੇਖੋ ਮਜ਼ੇ ਲੈਂਦਾ ਦੇਖੋ ਚਾਰਜਰ ਹਿਲਾਉਣ ਲੱਗਾ ਸੀ ਚਾਰਜਰ ਹੱਥ ਜੋੜੇ ਉਹ ਲੱਗੇ ਆ ਕੀ ਨਾ ਟਰਾਲੀ ਅੰਦਰ ਲਾ ਕੇ ਰੋੜੇ ਲੱਦਣੇ ਆ ਦੋ ਫੁੱਟ ਕਿੰਨੀ 5 ਫੁੱਟ ਤਾਂ ਪਿਆ ਮਾਮਾ ਹੁਣ ਇੱਥੇ ਮੈਂ ਫੋਨ ਲਾ ਦਵਾਂ ਚਾਰਜ ਆ ਰੋੜੇ ਚੱਕਣੇ ਲੱਦ ਕੇ ਫਿਰ ਤੁਹਾਨੂੰ ਦਿਖਾਉਣਾ ਮੁੜ ਕੇ ਮੈਂ ਪਾਣੀ ਪੂਣੀ ਪੀ ਲਈਆਂ ਅਸੀਂ ਆਏ ਸੀ ਹੁਣੇ ਹਜੇ ਕੰਧ ਇੰਨੀ ਕੁ ਉੱਚੀ ਕੀਤੀ ਆ ਬਾਕੀ ਉੱਪਰ ਤਾਂ ਛੱਡਤੀ ਵੀ ਹਵਾ ਹਵਾ ਨਿਕਲਦੀ ਰਹੂਗੀ ਫਿਰ ਇੱਥੇ ਹੁਣ ਮਸ਼ੀਨ ਮਸ਼ੂਨ ਤਾਂ ਕਰਕੇ ਫਿਰ ਕਰਨੀ ਪੈਣੀ ਸੀਗੀ ਉਹ ਹੁਣ ਉੱਪਰ ਦੇਖਦੇ ਮੜ ਗਏ ਤਾਂ ਲੈਂਟਰ ਹੀ ਪਾਵਾਂਗੇ ਸਿਰੇ ਤੱਕ ਹੀ ਫਿਰ ਕਰਾਂਗੇ ਬੰਦ ਫਿਰ ਦਿਖਾਉਣਾ ਤੁਹਾਨੂੰ ਮੈਂ ਬਾਅਦ 'ਚ ਲੱਦ ਲਈਏ ਪਹਿਲਾਂ ਉਹ ਰੋੜੇ ਰਾੜੇ ਤਾਂ ਕਹਿ ਲੱਦੇ ਟਰੈਕਟਰ ਤੁਹਾਨੂੰ ਇੱਥੇ ਰਹਿਣ ਦੇਣਾ ਇੱਦਾਂ ਹੀ ਚਾਰਜਰ ਫਸੀ ਜਾਂਦਾ ਟਰੈਕਟਰ ਟਰੂਟਰ 'ਤੇ ਪਾਣੀ ਪਿਲਾ ਦਿੰਦਾ ਬਰੋ ਮੈਂ ਹੱਥ ਹੁੱਥ ਧੋ ਲਵਾਂ ਹੈ ਨਾ ਆਹ ਬਾਹਰ ਇੱਕ ਚੱਕਾ ਪਿਆ ਹਜੇ ਉਹ ਬਾਅਦ ਚੱਕਾਂਗੇ ਅਤੇ ਇਹ ਹਵੇਲੀ ਸਮਾਨ ਸਮੂਨ ਪਿਆ ਸੀ ਜਿਹੜਾ
ਹੁਣ ਰੋੜੇ ਰਾੜੇ ਚੱਕਤੇ ਇਦਾਂ ਟਰੈਕਟਰ ਖੜਾ ਰਹਿਣ ਦਾ ਸਵੇਰ ਨੂੰ ਆਪੇ ਨਿਕਲ ਜੂਗਾ ਸਵੇਰ ਨੂੰ ਕਰਨੀ ਟੀਪ ਜੀ ਇਹਨਾਂ ਨੇ ਵੈਚੀ ਰਲਾ ਲੈਣਗੇ ਇਹਦੇ ਅਤੇ ਮੜ ਕੇ ਬਾਹਰ ਕੱਢ ਦੇਣਗੇ ਫਿਰ ਮੈਂ ਦਿਖਾਉਣਾ ਤੁਹਾਨੂੰ ਅੱਗੇ ਮੈਂ ਵੀ ਧੋ ਲਵਾਂ ਹੱਥ ਕਰ ਲਓ ਜੀ ਉਹ ਮੈਂ ਖੜਾ ਕਰਿਆ ਟਰੈਕਟਰ ਉੱਥੇ ਹੁਣ ਮੋਟਰਸਾਈਕਲ ਲੈ ਗਿਆ ਇਹ ਰਮਨ ਤੋਂ ਇਹਦੀ ਬਣਾਉਣੀ ਪੱਟੀ ਜੀ ਉਹ ਬਣਾਉਂਦੇ ਹਾਂ ਅਤੇ ਲਾਈਟਾਂ ਲੂਟਾਂ ਚੱਲਦੇ ਕਰਦੇ ਲਾਈਟਾਂ ਨਹੀਂ ਚੱਲਦੀਆਂ ਆਹ ਰਮਨ ਦੀ ਦੁਕਾਨ ਆ ਮੈਂ ਪੇਚਕਸ ਜਿਹਾ ਲੱਭ ਕੇ ਉਹ ਖੋਲ ਲਵਾਂ ਫਿਰ ਰਮਨ ਆਉਂਦਾ ਫਿਰ ਤੁਹਾਨੂੰ ਦਿਖਾਉਣਾ ਮੈਂ ਕਿੱਦਾਂ ਹੁੰਦੀ ਆ ਮੈਂ ਪੇਚਕਸ ਲੱਭ ਲਵਾਂ ਮਾੜਾ ਜਿਹਾ ਮੈਂ ਪੇਚਕਸ ਲੱਭ ਲੈਣ ਦੇ ਫਿਰ ਦਿਖਾਉਣਾ ਤੁਹਾਨੂੰ ਕਿੱਦਾਂ ਹੁੰਦੀ ਆ ਉਹ ਅਸੀਂ ਸੋਚ ਸੀਗੇ ਤਿੰਨ ਲੱਗਣੇ ਆ ਇੱਕ ਤਾਂ ਲੱਗਿਆ ਹੋਇਆ ਪਹਿਲਾਂ ਦੋ ਹੋਰ ਲਾਉਣੇ ਪੈਣੇ ਆ ਉਹ ਲਾਉਣੇ ਆ ਫਿਰ ਦਿਖਾਉਣਾ ਤੁਹਾਨੂੰ ਪੇਚਕਸ ਨਹੀਂ ਲੱਭਣ ਡਿਆ ਹਜੇ ਤਾਂ ਲਾ ਜੀ ਇਹਦਾ ਅਸੀਂ ਜਗਾੜ ਜਿਹਾ ਤਾਂ ਲੱਭ ਲਿਆ ਇੱਕ ਆਹ ਆਈਟਮ ਆ ਸਿਰੇ ਤੱਕ ਹੀ ਆ ਇਹਦੀ ਆਹ ਜਿਹੜਾ ਨਿਕਲ ਇਹ ਸਿਰੇ ਤੱਕ ਹੀ ਆ ਥੱਲੇ ਦਾ ਇਹਦੇ ਵਿੱਚ ਲਾਉਣੇ ਇੱਥੇ ਅੰਦਰਲੇ ਬੰਨੇ ਕੱਢ ਕੇ ਛੇਕ ਲਾਉਣੇ ਜਾ ਕੇ ਘਰੇ ਰਮਨ ਕਹਿੰਦਾ ਘਰੇ ਜਾ ਕੇ ਬਣਾ ਦਿੰਦਾ ਸੈੱਟ ਆ ਫਿਰ ਕੱਲ੍ਹ ਨੂੰ ਬਣਾ ਦਾ ਗਿਆ ਨਾ ਤੋ ਉਹਦੇ ਪਾਏ ਦਿਨਾਂ ਦਾ ਕਰਨਾ ਯਾਰ ਉਹਦੇ ਕਰਨ ਵਾਲੇ ਦਾ ਕੱਲ੍ਹ ਨੂੰ ਹੋਜੂ ਜਾਂ ਸੋਮ ਮੰਗਲਵਾਰ ਨੂੰ ਮੰਗਲਵਾਰ ਨੂੰ ਜਾਂ ਬੁੱਧਵਾਰ ਨੂੰ ਕਰਦਾ ਚੱਲ ਉਹ ਵੀ ਕਰਦੇ ਹਾਂ ਸ਼ੁਰੂ ਵੀ ਹੁਣ ਤੁਹਾਨੂੰ ਮੈਂ ਇਹਦਾ ਘਰੇ ਜਾ ਕੇ ਦਿਖਾਉਣਾ ਸਪਲੈਂਡਰ ਦਾ ਕਿੱਦਾਂ ਹੁੰਦੀ ਆ ਇੱਕ ਦਾ ਆਹ ਜਗਾੜ ਵੀ ਨਵਾਂ ਪਾਇਆ ਹੋਇਆ ਕਰੋ ਜੀ ਕਿੱਦਾਂ ਲੱਗਾ ਇਹ ਵੀ ਦੱਸੋ ਕਮੈਂਟ ਕਰਕੇ ਫਿਰ ਵੀ ਠੱਕ ਠੱਕ ਹੁੰਦੀ ਰਹਿੰਦੀ ਆ ਦੱਸੀ ਲਗਾ ਚਲਾਉਣ ਤਾਰ ਲੈਣ ਕਹਿੰਦਾ ਪਹਿਲਾਂ ਬੂਹਰ ਨੂੰ ਟਾਂਕਾ ਲਾ ਕੇ ਦੇ ਮੈਨੂੰ ਕਾਵੀਆ ਫੜਾ ਤਾ ਆ ਮੈਂ ਆਹ ਟਾਂਕਾ ਟੂੰਕਾ ਲਾ ਲਵਾਂ ਤਾਰ ਪਈ ਆ ਇਹ ਲਾ ਲਵਾਂ ਮੈਂ ਤਾਰ ਲੈ ਕੇ ਘਰੇ ਜਾਂਦਾ ਫਿਰ ਘਰੇ ਜਾ ਕੇ ਕਰਦੇ ਹਾਂ ਸਪਲੈਂਡਰ ਦਾ ਕੰਮ ਦੇਖਦਾ ਤਾਰ ਦਿੰਦਾ ਵੀ ਜਾਣੀ ਕਹਿੰਦਾ ਤਾਰ ਹੈ ਨਹੀਂ ਹੈਗੀ ਬਾਕੀ ਦੇਖਦੇ ਹਾਂ ਕਿੱਦਾਂ ਟੇਬਲ ਮੈਂ ਲੈ ਆਇਆ ਹੈਗਾ ਅੰਬੋਸਰ ਮੈਂ ਬਾਹਰ ਹੀ ਖੜਾ ਕੀਤਾ ਉੱਧਰ ਕਹਿੰਦੇ ਬੂਹਾ ਨਹੀਂ ਲੱਗਦਾ ਮਾੜਾ ਟਰੈਕਟਰ ਦਾ ਟਾਇਰ ਸਾਈਡ 'ਤੇ ਕਰਿਓ ਉਹ ਹੁਣ ਮੈਂ ਕਰ ਲਵਾਂ ਫਿਰ ਅਤੇ ਮੈਂ ਤੁਹਾਨੂੰ ਉੱਧਰ ਜਾ ਕੇ ਦਿਖਾਉਣਾ ਆ ਜਿੱਦਾਂ ਬੂਹਾ ਲੱਗਦਾ ਕਾਹਦਾ ਨਹੀਂ ਕੀ ਗੱਲ ਹੋ ਗਈ ਆ ਦੇਖਦੇ ਫਿਰ ਮੈਂ ਤੁਹਾਨੂੰ ਦਿਖਾਉਣਾ ਉੱਧਰ ਆਹਦਾ ਕਰਕੇ ਮੈਂ ਮਾੜਾ ਕੱਟ ਦਵਾਂ ਸਟੀਅਰਿੰਗ ਕਰਦਾ ਉਹ ਮੈਂ ਕਰ ਦੇਣਾ ਬੀਬੀ ਹਾਂਜੀ ਇਹ ਕਰਕੇ ਫਿਰ ਮੈਂ ਤੁਹਾਨੂੰ ਦਿਖਾਉਣਾ ਉੱਧਰ ਜਾ ਕੇ ਕਰਕੇ ਟਰੈਕਟਰ ਮੈਂ ਕਰ ਲਵਾਂ ਸੈੱਟ ਜਿਹਾ ਹੁਣ ਉੱਧਰ ਜਾ ਕੇ ਮੈਂ ਕਰ ਲਵਾਂ ਚਾਬੀ ਕੱਢ ਮੇਰੀ ਚਾਬੀ ਵਿੱਚ ਹੀ ਛੱਡੀ ਸੀਗੀ ਉਹਦਾ ਹੁਣ ਤਾਂ ਲੋੜ ਨਹੀਂ ਹੁਣ ਤਾਂ ਕੰਧ ਹੋ ਗਈ ਆ ਅੱਗੇ ਕੰਧਾਂ ਕਰਕੇ ਕੱਢਣੀ ਪੈਂਦੀ ਹੁੰਦੀ ਸੀਗੀ ਹੁਣ ਮੈਂ ਉੱਧਰ ਜਾ ਕੇ ਟਾਈਟ ਟੂਟ ਲਾ ਲਵਾਂ ਮੈਂ ਰੋਟੀ ਖਾ ਲਵਾਂ ਪਹਿਲਾਂ ਫਿਰ ਮੋਟਰਸਾਈਕਲ ਦਾ ਕਰਦੇ ਹਾਂ ਫਿਰ ਦਿਖਾਉਣਾ ਤਾਂ ਰੋਟੀ ਪਾਣੀ ਮੈਂ ਖਾ ਕੇ ਆ ਗਿਆ ਹੈਗਾ ਮੋਟਰਸਾਈਕਲ ਦਾ ਲੱਗਾ ਹੋਣਾ ਖੋਲ੍ਹਣ ਜਗਾੜ ਹੁਣ ਹੈਗਾ ਮੈਂ ਇਕੱਲਾ ਹੀ ਆ ਫਿਰ ਵਾਰੀ ਵਾਰੀ ਦਿਖਾਉਣਾ ਆ ਆ ਤਾਰ ਤਾਂ ਮੈਂ ਰੋਜ਼ ਹੀ ਪੂਰਾ ਚੱਕ ਲਿਆ ਮੋਟੇ ਤੋਂ ਮੈਨੂੰ ਕਹਿੰਦਾ ਥੋੜ੍ਹੀ ਲਾਇਆ ਜਿੰਨੀ ਚਾਹੀਦੀ ਹੈ ਮੈਂ ਸਾਰੀ ਲਿਆ ਨਾਲ ਦੋ ਟੇਪਾਂ ਲੈ ਆਇਆ ਆ ਲਾਈਟਾਂ ਜਿਵੇਂ ਪਈਆਂ ਇੱਥੇ ਦੇਖਦੇ ਕਿਹੜੀ ਸਹੀ ਲੱਗਦੀ ਆ ਫਿਰ ਉਹ ਲਾਉਂਦੇ ਹਾਂ ਇੱਕ ਥੱਲੇ ਵੀ ਲਾਈਟਾਂ ਲੱਗੀਆਂ ਹੋਣ ਤਾਂ ਮੈਂ ਕਰਦਾ ਜਗਾੜ ਇਹਨਾਂ ਦਾ ਹੀਲਾ ਕਰਕੇ ਨਾ ਵਧੀਆ ਤਰੀਕੇ ਨਾਲ ਲਾਉਂਦੇ ਹਾਂ ਉਹ ਅੱਗੇ ਕਰਾ ਕੇ ਲਿਆ ਕੰਮ ਕਿਸੇ ਤੋਂ ਉਹਨੇ ਇਹ ਨਹੀਂ ਕੀਤਾ ਕਿ ਮੈਂ ਅਰਥ ਇੱਥੇ ਕੱਸ ਦਵਾਂ ਉਹ ਅਰਥ ਵੀ ਨਾਲ ਹੀ ਲੈ ਕੇ ਗਿਆ ਉੱਪਰ ਦੀ ਜੇ ਇੱਥੇ ਅਰਥ ਕੱਸਿਆ ਹੁੰਦਾ ਉਹਨੇ ਤਾਰਾਂ ਦੋ ਰਹਿ ਜਾਣੀਆਂ ਦੋ ਮੰਨ ਦੋ ਇਹਦੀਆਂ ਦੋ ਇਹਦੀਆਂ ਇੱਕ ਦੋ ਤਾਰਾਂ ਦੇ ਵਿੱਚ ਇੱਧਰ ਸਰ ਜਾਣਾ ਸੀ ਉਹਨੇ ਹੁਣ ਤਿੰਨ ਚਾਰ ਪਾਈਆਂ ਉਹਨੇ ਖਲਾਰਾ ਬਹੁਤ ਪਾਇਆ ਆ ਹੁਣ ਮੈਂ ਚੱਕਦਾ ਸਾਰਾ ਫਿਰ ਤੁਹਾਨੂੰ ਦਿਖਾਉਣਾ ਉਹ ਵਾਰੀ ਵਾਰੀ ਜਦੋਂ ਇਹਦਾ ਖੋਲ੍ਹੀ ਜਾਂਦਾ ਫਿਰ ਮੈਂ ਤੁਹਾਨੂੰ ਉਦੋਂ ਉਦੋਂ ਦਿਖਾਈ ਜਾਊਂਗਾ ਹਾਂ ਨਟ ਤਾਂ ਮੈਂ ਖੋਲ੍ਹ ਲਿਆ ਹੁਣ ਇੱਥੇ ਅਰਥ ਲਾਉਂਦੇ ਵਿੱਚ ਇਹਦੇ ਸੈਟਿੰਗ ਕਰਕੇ ਨਾ ਅਰਥ ਲਾ ਕੇ ਫਿਰ ਮੈਂ ਤਾਰਾਂ ਪਾਊਂਗਾ ਦੋ ਇੱਥੋਂ ਦੀ ਲਾ ਲਓ ਦੋ ਤਾਰਾਂ ਜਾਣਗੀਆਂ ਉੱਪਰ ਦੋ ਨਹੀਂ ਚਾਰ ਹੀ ਜਾਣਗੀਆਂ ਲਾ ਲਓ ਇੱਦਾਂ ਦੀਆਂ ਦੋ ਹੋਣਗੀਆਂ ਇੱਕ ਦੇ ਵਿੱਚ ਜਿਹਦੇ 'ਚ ਦੋ ਹੁੰਦੀਆਂ ਆ ਉਹ ਇੱਥੋਂ ਨਾਲ ਨਾਲ ਪੈਪ ਲਿਜਾ ਕੇ ਇਹਦੇ ਵਿੱਚ ਮੁੜ ਕੇ ਮੈਂ ਕੱਢਦਾ ਛੇਕ ਇਹਦੇ ਅੰਦਰਲੇ ਬੰਨੇ ਉੱਥੇ ਲਾਉਣੇ ਪੇਜ ਗਾਰਡ ਸੈੱਟ ਆਉਣਾ ਇੱਕ ਤਾਂ ਆਉਣੀਆਂ ਲਾ ਲਓ ਇਹਦੇ ਜਾਊਗੀ ਇੱਕ ਇਹਦੀ ਜਾਊਗੀ ਫਿਰ ਪਿੱਛੇ ਵੀ ਲਾਈਟਾਂ ਲਾਉਣੀਆਂ ਥੱਲੇ ਵੀ ਲੱਗੀਆਂ ਸੀਗੀਆਂ ਅੱਗੇ ਦੇ ਆਹ ਥੱਲੇ ਲੱਗੀਆਂ ਹੋਈਆਂ ਅੱਗੇ ਇਹਨਾਂ ਨੂੰ ਵੀ ਸੈੱਟ ਕਰਕੇ ਲਾਉਣੇ ਆ ਫਿਰ ਮੈਂ ਤੁਹਾਨੂੰ ਦਿਖਾਉਣਾ ਮੁੜ ਕੇ ਅੱਗੇ ਜਦੋਂ ਆਹ ਕੱਸ ਕੁਸ ਲਿਆ ਨਾ ਫਿਰ ਤਾਰ ਪਾਉਣ ਲੱਗਾ ਦਿਖਾਉਣਾ ਹਾਂ ਜੀ ਨਟ ਨੂੰ ਤਾਂ ਮੈਂ ਕੱਸਤਾ ਇਹਦਾ ਨਾ ਪੂਰਾ ਟਾਇਟ ਕਰਕੇ ਤਾਰ ਵਿੱਚ ਦੀ ਕਰਕੇ ਨਾ ਇੱਧਰ ਦੀ ਲੈ ਆਉਂਦੀ ਆ ਦੇਖਿਓ ਹੁਣ ਇੱਥੋਂ ਨਾਲ ਦੀ ਨਾ ਇਹਨੂੰ ਟੇਪ ਕਰਕੇ ਪੂਰੀ ਪਹਿਲਾਂ ਮੈਂ ਤਾਰਾਂ ਪਾ ਲਵਾਂ ਉੱਥੇ ਤੱਕ ਫਿਰ ਮੈਂ ਤਾਰਾਂ ਵੱਢ ਕੇ ਫਿਰ ਉਹਨੂੰ ਟੇਪ ਕਰੂੰਗਾ ਇਹਨੂੰ ਪੂਰੀ ਚੰਗੀ ਤਰ੍ਹਾਂ ਹੁਣ ਮੈਂ ਦੇਖਦਾ ਛੇਕ ਕਰਨ ਦਾ ਜਗਾੜ ਕਿੱਦਾਂ ਛੇਕ ਹੁੰਦਾ ਆ ਫਿਰ ਮੁੜ ਕੇ ਕੱਸਦਾ ਫਿਰ ਦਿਖਾਉਣਾ ਤੁਹਾਨੂੰ ਜਗਾੜ ਪੂਰਾ ਕਰਕੇ ਫਿੱਟ ਇਹਨੂੰ ਇੱਕ ਸੋਚ ਇਹਦੇ ਵਿੱਚ ਲੱਗਾ ਉਹਦੀ ਸਾਈਡ 'ਤੇ ਉਹ ਥੱਲੇ ਬਣੇ ਉਹਨੂੰ ਲਾਈਟਾਂ ਥੱਲੜੀਆਂ ਲਾ ਦਾਂਗੇ ਲਾਲ ਲੱਗੀਆਂ ਜਿਹੜੀਆਂ ਬਾਕੀ ਦੇਖਦਾ ਬਾਕੀ ਦਿਖਾਉਣਾ ਤੁਹਾਨੂੰ ਸਾਰਾ ਮੈਂ ਆਇਆ ਸੀ ਦਰਵੇਲੀ ਆ ਲਾਉਣ ਇੱਥੇ ਤਾਂ ਬੂਹਾ ਬਾਹਰ ਲਾ ਦਿੱਤਾ ਹੈਗਾ ਮੈਨੂੰ ਸੀਗੀ ਬੈਡ ਦੀ ਲੋੜ ਦੂਜੇ ਨਾਲ ਨਾ ਜਿਹੜਾ ਪੇਚਕਾ ਜਿੰਨਾ ਕੱਸੀ ਉਹਨਾਂ ਨੇ ਖੁੱਲ੍ਹਦਾ ਉਹ ਮੰਨ ਲਓ ਛੇਕ ਨਹੀਂ ਵੱਜਾ ਹੁਣ ਆਹ ਲੈ ਕੇ ਚੱਲਾਂ ਮੈਂ ਤੁਹਾਨੂੰ ਦਿਖਾਉਣਾ ਜਿੰਨਾ ਕੁ ਛੇਕ ਵੱਜਾ ਉਹ ਵੀ ਦਿਖਾਉਣਾ ਉੱਥੇ ਹੁਣ ਇਹ ਮੈਂ ਲੈ ਕੇ ਆਇਆ ਸੀਗਾ ਇੰਨਾ ਕੁ ਛੇਕ ਮੈਂ ਮਾਰਤਾ ਸੀ ਉੱਦਾਂ ਤਾਂ ਬਾਕੀ ਹੁਣ ਖੁੱਲ੍ਹਾ ਕਰਦੇ ਇਹਨਾਂ ਬੈਟ ਨਾਲ ਬੈਟਕ ਤੋਂ ਬੈਟਕ ਜਿੰਨਾ ਤਾਂ ਮਾਰ ਹੀ ਦਿੱਤਾ ਸੀ ਵੈਸੇ ਮੈਂ ਹੁਣ ਇਹ ਕੱਸਦੇ ਹਾਂ ਸਕਿੱਲ ਨੂੰ ਮਾਰਦਾ ਛੇਕ ਮੈਂ ਤੁਹਾਨੂੰ ਦਿਖਾਉਣਾ ਅੱਗੇ ਹਾਂ ਜੀ
शेक शूक तो मैं कटे के बैट लिया के भी फिर भी कर देना खुला करके हटिया हूँ मैं कर दिया कर उधर रखी बिचो वढ़ के हटिया एक पाया दूजा भी हूँ पाना है मैं तारा तूरा पा लवान फिर दिखा नोट के कट के मैं आ तार नहीं जी मोहरे लगी जिन्हों टायर आई दे कहीं कहने पर डी आर है जी ये जोड़ ला लिया तार हूँ मैं देखना चला के चलती है जो कितना है क्योंकि मैं हम लगता उ अर्थ देखो कि आता है या नहीं हम ला के पता लगू चलती है जी कहती है करंट करुंट बाकी पता नहीं कतार ये करंट वाली केड़ी पाई है तारा ही बहुत पाइया हुई हैं पता नहीं लगता बहुत कितने कितने छड़ियाँ तारा उदा ही छड़ियाँ हवा पा जी देखता मैं बैटरी खोल के बैटरी तो ला के देखता होर ना कोई गल हुई हो अर्थ ना उत्थे आता हो दोबारा पाना पवे यदि बैटरी भी वही रखाई गई उदा तो बुलट चाहती जी वो चल गई बन गई गल मेरे करंट जी कोई चक्कर आ हम मैं तारा तूर कर लवाना ना फिट वे पा के फिर तुम दिखा अगे कि होंगी सर ला जी एक तार तो मैं पाती जी मैं कट के टेप टूप करते हैं दूजी भी सेम मेरे जी ने कट लैनी है बच्चे जी मैं शेक मारता है तो सेम कट के ना एको जी एन प्रोपर करके पाँना मैं तो तुम यह मूलियाँ जगा के दिखा दोनों आइटम फिर पिछे मुड़ के लाने कर दें उन्होंने फिटिंग फुटिंग एन प्रोपर फिटिंग करा अगे तो काम ही चलावा जहाँ किया हारना होरना भी की घर रंग रुंग मारने पत्ती से भी मारता मैं माड़ा पानी मार के देता है तो करदा भी तुम अच्छे कंप्लीट करके दिखाने के भी लोग एक बच्चे लाइट पाई है वो भी तार सी उसे मैं कहने पता नहीं कहदी तार है वो भी दिखा तुम तारा जी ला के मैं जगाड़ किया यार देखे चलन लग पाया होता थोड़ा सारा कुछ हम एक तो मैं फिट करता है सोच इन्हें मोहरे हजे रिंता लाने वाला वो लाना है तो पिछे वाली लाइटा का मैं देख लूँ कर लूँ कनैक्शन जहाँ फिर वो दिखा तुम मुड़ के करके सैटिंग है पूरी तारा तुरा आदि पा लूँ फिर मैं दिखाया है पूरा फिट करके तो मैं करती सी वायरिंग मतलब पिछे न हजे आनी है मैं थले जड़ियाँ लाइटा लगियाँ जो लंप दे तो मैं उन्होंने वायरिंग दोबारा कर लग पाया मैं दोबारा ही कर दें वो मैं करके फिर तुम दिखा कि बनती आइटम आ बैटरी बोल्ट वाली थोड़ा तार के टिकती नहीं बच इतने बहर नी रही इतना यह भी बनाने पत्ती इतों बनाने कोई ना कोई या रबड़ रुबड़ जी पा के दस्यो जी कहीं तो जगाड़ हो दस्यो भी मैं तो अपना कर लीए फिर मैं दिखा तुम अगे जी लगभग काम हो ही गया मैं वो सुच बिच लादा सो चढ़ता नहीं माड़ा उन्होंने थोड़ा खोलता हाँ आ करो चेक थले भी लाइटा लगी जी भी चल पी मोरे हेड लैट के बच्चे भी एक पाई हुई है भी चल पी आता चला के दिखा दिना मैं तुम दूजी साइड में इतना चल जाना तो फ्लैशर भी दूजा भी दिखा मतलब चलना है इतों हाँ जी आप स्टिल चलाने दोनों तरह हो जाए उदा प्रोजेक्टर इदा का कुछ कराया बच्चे कुछ हम तो काली जी फिल्म कराई है तो इदा नहीं बना बाहर इदा हम फिर वायरिंग दस गा सारा तो नहीं होना क्योंकि फिर मेरा हम फिर कहते हैं नहीं घर एक पिछले टेल चौह लाइट लाई है उदा नहीं लाने का रहा दो होर ला दीए फिर देखता बाकी मैं कल कि होती है रंग रुंग करूँगा हारना तो आह मैं हम करके तुम कंप्लीट एक फिट फुट करके मैं दिखा आ तो मैं कसता जगाड़े मूहरे आ लाए सोच इतना थम दिल जब ले दी तेल को के लाते इतों हम सही चलते उत्तों बैठे मैं देख रहा चला के चेक करके पूरी गल बनती है हम पिछे एक तो लगी है लाइट दूजी इतने लावे दूजी इकट्ठा कर देव तो जे मेरा भरा लगा ब्लॉग वधिया तो करे ब्लॉग में लाइक शेयर सबसक्राइब चैनल में जे कोई कोई गलती तो कमेंट करके जरूर दस्यो फेस तो दिसना है फ्लैश चलते हैं नेरा पाया उदा तो बल्ब चलते हैं पर फिर भी काफ़ी नेरा तो जे मेरा भरा कोई भी गल आती तो कमेंट करके जरूर दस्या पुछा करो क्योंकि तेरे कमेंटा ने पता लगना जो कोई गलती हुई या कुछ भी सुधार करना हुआ वो भी है आप पेटी भी चक लिया चलो जी मिलते हैं कल एक होर नवे ब्लॉग के नाल धन्यवाद जी।